ਜੀ ਕਿਸੇ ਵੀ ਪਿਕਚਰ 'ਤੇ ਆਊਟਲਾਈਨ ਜਾਂ ਫਿਰ ਸਟ੍ਰੋਕ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਕਿਸੇ ਵੀ ਪਿਕਚਰ ਨੂੰ ਇੰਸਰਟ ਕਰਾਂਗੇ ਆਪਣੇ ਫੋਟੋਸ਼ਾਪ ਦੇ ਵਿੱਚ, ਜਿਵੇਂ ਕਿ ਆਪਾਂ ਇੱਕ ਫੋਟੋ ਨੂੰ ਇੰਸਰਟ ਕੀਤਾ ਹੋਇਆ, ਠੀਕ ਹੈ, ਓਪਨ ਕੀਤਾ ਹੋਇਆ, ਠੀਕ ਹੈ। ਦੇਖੋ ਸਭ ਤੋਂ ਪਹਿਲਾਂ ਸਟ੍ਰੋਕ ਜਾਂ ਫਿਰ ਆਊਟਲਾਈਨ ਲਗਾਉਣ ਦੇ ਲਈ ਬਿਲਕੁਲ ਸਾਈਡ 'ਤੇ ਇੱਕ ਲੇਅਰ ਵਾਲਾ ਇੱਕ ਆਪਸ਼ਨ ਹੁੰਦੀ ਹੈ, ਇੱਕ ਬੋਕਸ ਹੁੰਦਾ ਜਿਹਨੂੰ ਅਸੀਂ ਡਾਇਲੋਗ ਬੋਕਸ ਕਹਿੰਦੇ ਹਾਂ, ਲੇਅਰਸ ਦਾ ਉਹ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਵਿੰਡੋ, ਜੇ ਅਗਰ ਇਹ ਤੁਹਾਡੇ ਕੋਲ ਹੈਗਾ ਤਾਂ ਠੀਕ ਹੈ, ਅਗਰ ਇਹ ਤੁਹਾਡੀ ਸਕਰੀਨ ਦੇ ਉੱਪਰ ਸ਼ੋਅ ਨਹੀਂ ਹੋ ਰਿਹਾ ਤਾਂ ਅਸੀਂ ਵਿੰਡੋ ਦੇ ਵਿੱਚ ਜੰਪ ਕਰਾਂਗੇ, ਠੀਕ ਹੈ। ਵਿੰਡੋ, ਵਿੰਡੋ ਦੇ ਵਿੱਚ ਇੱਕ ਨੀਚੇ ਉਹਦਾ ਲੇਅਰ, ਲੇਅਰ ਨੂੰ ਅਸੀਂ ਸਿਲੈਕਟ ਕਰਾਂਗੇ ਤਾਂ ਇੱਥੇ ਦੇਖੋ ਆਪਣੇ ਆਪ ਲੇਅਰਸ ਵਾਲਾ ਇੱਕ ਡਾਇਲੋਗ ਬੋਕਸ ਓਪਨ ਹੋ ਜਾਊਗਾ, ਠੀਕ ਹੈ। ਇਸ ਤੋਂ ਬਾਅਦ ਅਸੀਂ ਪਿਕਚਰ 'ਤੇ ਸਿਲੈਕਟ ਕਰਾਂਗੇ, ਠੀਕ ਹੈ, ਪਿਕਚਰ 'ਤੇ ਅਸੀਂ ਸਿਲੈਕਟ ਕਰਾਂਗੇ। ਜਿਹੜੀ ਤਾਂ ਇਹ ਆਪਣੇ ਆਪ ਸਿਲੈਕਟ ਹੋ ਜਾਂਦਾ ਜਾਂ ਫਿਰ ਬਲਿਊ ਹੋ ਜਾਂਦਾ ਤਾਂ ਅਸੀਂ ਉੱਥੇ ਰਾਈਟ ਕਲਿੱਕ ਕਰਨਾ, ਠੀਕ ਹੈ। ਰਾਈਟ ਕਲਿੱਕ ਕਰਨਾ, ਉੱਪਰ ਆਉਂਦਾ ਬਲੈਂਡਿੰਗ ਆਪਸ਼ਨ, ਠੀਕ ਹੈ। ਬਲੈਂਡਿੰਗ ਆਪਸ਼ਨ 'ਤੇ ਅਸੀਂ ਕਲਿੱਕ ਕਰਨਾ ਹੈ ਤਾਂ ਇੱਕ ਬੋਕਸ ਆਪਣੇ ਡਾਇਲੋਗ ਬੋਕਸ ਇੱਕ ਆਪਣੇ ਸਾਹਮਣੇ ਆਊਗਾ। ਤਾਂ ਉਸ ਤੋਂ ਬਾਅਦ ਇੱਕ ਨੀਚੇ ਇੱਕ ਸਟ੍ਰੋਕ ਵਾਲਾ ਇੱਕ ਵਾਲੀ ਇੱਕ ਆਪਸ਼ਨ ਹੁੰਦੀ ਹੈ, ਉਹਦੇ 'ਤੇ ਅਸੀਂ ਕਲਿੱਕ ਕਰਾਂਗੇ, ਸਭ ਕੁਛ ਇੱਥੋਂ ਚੇਂਜ ਹੋ ਜਾਂਦਾ। ਇੱਕ ਵਾਰੀ ਹੋਰ ਕਲਿੱਕ ਕਰਾਂਗੇ, ਦੇਖੋ ਆਪਣੇ ਆਪ ਜੋ ਮਤਲਬ ਕਿ ਵੀ ਆਊਟਲਾਈਨ ਹੈ ਉਹ ਆਪਣੇ ਆਪ ਆਪਣੇ ਜੋ ਪਿਕਚਰ 'ਤੇ ਆਊਟਲਾਈਨ ਜੋ ਜਨਰੇਟ ਹੋ ਗਈ, ਠੀਕ ਹੈ। ਅਗਰ ਤੁਸੀਂ ਕੋਈ ਹੋਰ ਪਿਕਚਰ ਲਗਾਉਣਾ ਚਾਹੁੰਦੇ ਹੋ ਤਾਂ ਇੱਕ ਕਲਰ ਵਾਲੀ ਇੱਕ ਆਪਸ਼ਨ ਹੁੰਦੀ ਹੈ ਇੱਥੇ, ਠੀਕ ਹੈ ਜੀ। ਕਲਰ ਵਾਲੀ ਆਪਸ਼ਨ 'ਤੇ ਅਸੀਂ ਕਲਿੱਕ ਕਰਾਂਗੇ। ਅਗਰ ਤੁਸੀਂ ਵਾਈਟ, ਬਲੈਕ, ਤੁਸੀਂ ਕੋਈ ਵੀ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਹ ਇੱਥੇ ਆਊਟਲਾਈਨ ਲਗਾ ਸਕਦੇ ਹੋ। ਹੁਣ ਦੇਖੋ ਇਹ ਜਿਹੜੀ ਆਊਟਲਾਈਨ ਉਹ ਬਲੈਕ ਹੋ ਗਈ, ਅਗਰ ਅਸੀਂ ਇੱਥੇ ਬਲੂ ਨੂੰ ਸਿਲੈਕਟ ਕਰਕੇ ਬਲੂ ਕਰ ਦਿੰਦੇ ਹਾਂ ਤਾਂ ਜਿਹੜੀ ਆਊਟਲਾਈਨ ਉਹ ਬਲੂ ਹੋ ਗਈ, ਠੀਕ ਹੈ। ਤਾਂ ਅਸੀਂ ਤੋਂ ਘੱਟ ਵੱਧ ਕਰ ਸਕਦੇ ਹਾਂ, ਜਿਵੇਂ 6 ਹੈ, 6 ਨੂੰ ਅਸੀਂ ਕਰ ਦਿੰਦੇ ਹਾਂ 5। ਦੇਖੋ 5 ਨਾਲ ਇਹ ਤਾਂ ਜੋ ਆਊਟਲਾਈਨ ਹੈ ਉਹ ਮਤਲਬ ਕਿ ਉਹਦੀ ਜੋ ਓਪੋਸਿਟੀ ਹੈ ਉਹ ਘੱਟ ਹੋਣ ਲੱਗ ਜਾਂਦੀ ਹੈ। ਅਸੀਂ ਹੁਣ ਕਰ ਦਿੰਦੇ ਹਾਂ 4। ਦੇਖੋ 4 ਦੇ ਨਾਲ ਹੋਰ ਘੱਟ ਹੋ ਗਈ, 3 ਕਰ ਦਿਆਂਗੇ ਤਾਂ ਹੋਰ ਘੱਟ ਹੋ ਜਾਊਗੀ, ਅਗਰ 2 ਕਰ ਦਿਆਂਗੇ ਤਾਂ ਹੋਰ, ਜਿੰਨੀ ਤੁਹਾਨੂੰ ਪਸੰਦ ਹੈ, ਜਿੰਨੀ ਤੁਹਾਨੂੰ ਲੱਗਦਾ ਵੀ ਇੰਨੀ ਸਹੀ ਹੈ। ਜਿਵੇਂ ਅਸੀਂ 4 ਰੱਖ ਲਈ, ਠੀਕ ਹੈ, ਸਹੀ ਹੈ, ਉਹਨੂੰ ਤੁਸੀਂ ਓਕੇ ਕਿੱਥੋਂ ਕਰ ਸਕਦੇ ਹੋ। ਓਪੋਸਿਟੀ ਹੁੰਦੀ ਹੈ ਇੱਥੇ 100% ਹੈ, ਤੁਸੀਂ ਇਹਨੂੰ ਘੱਟ ਕਰ ਸਕਦੇ ਹੋ, ਮਤਲਬ ਵੀ ਪੂਰੀ ਡਾਰਕ ਨਾ ਇਹ ਆਪਾਂ ਨੂੰ ਵਿਊ ਵੀ ਦਿਖੇ ਨਾ ਪੂਰੀ ਡਾਰਕ, ਠੀਕ ਹੈ। ਅਗਰ ਤੁਸੀਂ ਇਹਨੂੰ ਓਪੋਸਿਟੀ ਪੂਰੀ 100% ਕਰ ਦੋਗੇ ਤਾਂ ਇਹ ਪੂਰੀ ਡਾਰਕ ਆਪਾਂ ਨੂੰ ਦਿਖਾਈ ਦੇਣ ਲੱਗ ਜੂ, ਠੀਕ ਹੈ ਜੀ। ਇਹਨੂੰ ਕਰਾਂਗੇ ਓਕੇ। ਇਸੇ ਤਰ੍ਹਾਂ ਹੀ ਅਸੀਂ ਅਗਰ ਕੁਛ ਰਾਈਟ ਕਰਨਾ ਹੈ, ਇਹਦੇ ਵਿੱਚ ਵੀ ਕੁਛ ਲਿਖਣਾ ਹੈ ਤਾਂ ਅਸੀਂ ਉੱਥੇ ਵੀ ਇਸ ਤਰ੍ਹਾਂ ਹੀ ਲਗਾ ਸਕਦੇ ਹਾਂ, ਠੀਕ ਹੈ। ਵੀ ਜੇਕਰ ਅਸੀਂ ਇੱਥੇ ਲਿਖ ਲਿਆ ਵੀ ਜਿਵੇਂ 1 ਮਿੰਟ ਇਹਦਾ ਆਪਾਂ ਸਾਈਜ਼ ਘੱਟ ਕਰ ਲਈਏ ਵਰਡਸ ਦਾ, ਇੱਥੇ ਲਿਖ ਲਿਆ ਸੀ ਕੰਪਿਊਟਰ ਨੌਲੇਜ, ਠੀਕ ਹੈ ਜੀ। ਦੇਖੋ ਸਭ ਤੋਂ ਪਹਿਲਾਂ ਇਹਨੂੰ ਆਪਾਂ ਸਿਲੈਕਟ ਕਰਾਂਗੇ, ਇਹਦਾ ਸਾਈਜ਼ ਆਪਾਂ ਥੋੜ੍ਹਾ ਜਿਹਾ ਵੱਡਾ ਕਰ ਲੈਂਦੇ ਹਾਂ, ਕੰਪਿਊਟਰ ਨੌਲੇਜ, ਠੀਕ ਹੈ। ਇਸ ਤੋਂ ਬਾਅਦ ਹੁਣ ਇਸ ਵਰਡਸ 'ਤੇ ਅਸੀਂ ਮਤਲਬ ਕਿ ਵੀ ਸਟ੍ਰੋਕ ਜਾਂ ਫਿਰ ਆਊਟਲਾਈਨ ਅਸੀਂ ਲਗਾਵਾਂਗੇ, ਇਹਨੂੰ ਅਪਲਾਈ ਕਰਾਂਗੇ। ਦੇਖੋ ਹੁਣ ਇੱਥੇ ਸਿਲੈਕਟ ਕਰ ਲਿਆ ਅਤੇ ਆਪਣੇ ਆਪ ਇਹ, ਅਗਰ ਅਸੀਂ ਪਿਕਚਰ 'ਤੇ ਸਿਲੈਕਟ ਕਰਾਂਗੇ ਤਾਂ ਇਹ ਪਿਕਚਰ ਵਾਲਾ ਇੱਥੋਂ ਬਲਿਊ ਹੋ ਜੂ, ਕਿਉਂਕਿ ਇਹ ਲੇਅਰ ਅਲੱਗ ਹੈ, ਜੋ ਅਸੀਂ ਰਾਈਟ ਕੀਤਾ ਇਹ ਲੇਅਰ ਇਹਨੂੰ ਡਿਫਰੈਂਟ ਹੈਗੀ, ਠੀਕ ਹੈ। ਜੋ ਵੀ ਜਿੱਥੇ ਵੀ ਸਿਲੈਕਟ ਕਰਾਂਗੇ ਉਹ ਆਪਣੇ ਆਪ ਲੇਅਰ ਇੱਥੇ ਸਿਲੈਕਟ ਹੋ ਜਾਂਦੀ ਹੈ। ਹੁਣ ਕੀ ਕਰਨਾ ਸੀ, ਜੋ ਇਸ ਬਲੂ ਹੈ ਉਹਦੇ ਅਸੀਂ ਰਾਈਟ ਕਲਿੱਕ ਕਰਨਾ ਸੀ, ਜਾਣਾ ਬਲੈਂਡਿੰਗ ਆਪਸ਼ਨ, ਠੀਕ ਹੈ। ਉਸ ਤੋਂ ਬਾਅਦ ਅਸੀਂ ਜੋ ਨੀਚੇ ਸਟ੍ਰੋਕ ਆਉਂਦਾ ਉੱਥੇ ਅਸੀਂ ਸਿਲੈਕਟ ਕਰਾਂਗੇ। ਦੇਖੋ ਆਪਣੇ ਆਪ ਜੋ ਆਪਣੇ ਵਰਡਸ ਆ ਉਹਦੇ ਆਊਟਲਾਈਨ ਆਪਣੇ ਆਪ ਲੱਗ ਗਏ। ਅਗਰ ਤੁਸੀਂ ਬਲੈਕ ਜੋ ਵਾਈਟ ਕਲਰ 'ਚ ਕਰਨਾ ਚਾਹੁੰਦੇ ਵਾਈਟ ਹੋ ਜੂ, ਅਗਰ ਰੈੱਡ ਕਰਨਾ ਚਾਹੁੰਦੇ ਤਾਂ ਰੈੱਡ, ਦੇਖੋ ਰੈੱਡ ਹੋਈ ਪਈ ਆ ਪਹਿਲਾਂ ਹੀ। ਅਗਰ ਤੁਸੀਂ ਕਰਨਾ ਚਾਹੁੰਦੇ ਹੋ ਵੀ ਯੈਲੋ, ਯੈਲੋ ਵੀ ਅਗਰ ਯੈਲੋ ਸਿਲੈਕਟ ਕਰੋਗੇ ਤਾਂ ਯੈਲੋ ਇੱਥੇ ਸਿਲੈਕਟ ਹੋ ਜਾਊਗਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਪਿਕਚਰ ਜਾਂ ਫਿਰ ਅਸੀਂ ਕੁਛ ਵੀ ਫੋਟੋਸ਼ਾਪ ਦੇ ਵਿੱਚ ਲਿਖਿਆ ਹੋਇਆ ਉਹਦੇ ਉੱਪਰ ਅਸੀਂ ਆਊਟਲਾਈਨ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰ ਦੇਣਾ। ਥੈਂਕ ਯੂ।